ਇਹ ਸਾਰਾ ਸਰ ਝੂਠ ਹੈ। ਲੱਕਾ ਸਿਧਾਲੇ ਨੂੰ ਉੱਥੇ ਕੋਈ ਵੈਦ ਵੀ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ। ਇਹ ਸਾਰਾ ਕੁਛ ਸਾਰਾ ਸਰ ਜੋ ਗਲਤ ਇਲਜ਼ਾਮ ਲਾ ਰਹੇ ਇਸ ਮੈਂ ਕੋਈ ਕਾਮਰੇਟ ਹੈ ਫਲਾਣੇ ਹੈ, ਇਹ ਸਾਰਾ ਝੂਠੇ ਆਰੋਪ ਲਗਾ ਰਹੇ। ਇੰਨਾ ਦਮ ਰੱਖ ਦਿਓ ਤੇ ਬਾਦਲ ਹੋਰੀ ਪਰਿਵਾਰ ਨੂੰ ਝਟਕਾਓ, ਦੂਜਿਆਂ ਨੂੰ ਝਟਕਾਓ, ਤਾਂ ਪਤਾ ਲੱਗੂ ਇਹ ਗਰੀਬ ਆਦਮੀ ਤੁਸੀਂ ਝਟਕਾਤਾ। ਜਿਹੜਾ ਅਮਨ ਬਾਬਾ ਹੈ ਹੈਗਾ ਤੇ ਇਹਨਾਂ ਦੀ ਸਾਰੀ ਟੀਮ ਵਿੱਚ ਰਲੀ ਪਈ ਹੈ। ਗੁਰੂ ਲਾਡਲੀ ਫੌਜ ਹੈ ਨਿਹੰਗਾ, ਅਸੀਂ ਇਹਨਾਂ ਦਾ ਸੰਸਕਾਰ ਕਰਦੇ ਹਾਂ, ਲੇਕਿਨ ਗਦਾਰ ਹਰ ਇੱਕ ਕੌਮ ਵਿੱਚ ਹੁੰਦਾ ਹੈ, ਗਦਾਰ ਸਾਡੀ ਕੌਮ ਵਿੱਚ ਜਾਂ ਬਾਹਰ ਵੀ ਹੁੰਦੇ ਆ। ਅੰਦੋਲਨ ਨੂੰ ਬਦਨਾਮ ਕਰਦੇ ਪਏ ਹੋ, ਅਸੀਂ ਤੁਸੀਂ ਕੌਣ ਹੁੰਦੇ ਹੋ, ਅਸੀਂ ਤੁਹਾਨੂੰ ਝਟਕਾ ਦਿਆਂਗੇ। ਮਾਂ ਬਾਬਾ ਜੀ ਇਸ ਗਲਤ ਫਹਿਮੀ ਬਣਾ ਰਹੀ। ਨਵੀਨ ਕੁਮਾਰ ਸੰਧੂ ਨੂੰ ਬਹਾਦਰ ਸਿੰਘ ਕਹਿਤਾ ਕਿ ਮੈਂ ਮੁਰਗਾ ਨਹੀਂ ਦੇ ਸਕਦਾ, ਮੇਰੀ ਅੱਖੋਂ ਕੇ ਸਾਹਮਣੇ ਮੈਂ ਬਿਲਕੁਲ ਸਪਸ਼ਟੀਕਰਨ ਕਹਿੰਦਾ, RSS ਨਾਲ ਮਿਲੇ ਹੋਏ ਆ, ਆ BJP ਨਾਲ ਮਿਲੇ ਹੋਏ ਆ, ਆ ਕਿਸਾਨ ਮੋਰਚਾ ਕੋ ਫੈਲ ਕਰਨਾ ਚਾਹੁੰਦੇ ਨੇ ਕਿ ਸੋਚ ਆਈ ਹੈ। ਇਸ ਨੇ ਖੁਦ ਨਵੀਨ ਕੁਮਾਰ ਸੰਧੂ ਨੇ ਮੰਨਿਆ ਕਿ ਮੈਂ ਅਮਨ ਦਾ ਚੇਲਾ ਹੈਗਾ। ਜਿਹੜਾ ਕ੍ਰਿਸ਼ੀ ਖੇਤੀ ਮੰਤਰੀ ਨਾਲ ਉਹਨਾਂ ਦੀ ਫੋਟੋ ਵਾਇਰਲ ਹੋਈ ਯਾਰ, ਬਕਾਇਦਾ ਉਹ ਮਿਲਦਾ ਰਹਿੰਦਾ ਸੀ, ਉਹਨਾਂ ਦੇ ਏਜੰਟ ਹੈਗਾ BJP ਦਾ, ਸਾਰੇ ਸਾਰਿਆਂ ਨੂੰ ਪਤਾ। ਬਾਬਾ ਜੀ ਤੁਸੀਂ ਦੇਖੋ ਸਾਡੀ ਕੌਮ ਨੂੰ ਬਦਨਾਮ ਕਰਾਏ ਜਾਂਦੇ ਹੋ, ਤੁਸੀਂ ਸਾਰੇ ਨਿਯਮ ਗਲਤ ਨਹੀਂ ਹੁੰਦੇ, ਆਹ ਬੰਦਾ ਤੁਸੀਂ ਕਹਿੰਦੇ ਅਸੀਂ ਬੰਦੇ ਨੂੰ ਝਟਕਾ ਦਿੰਦੇ ਆ, ਮੈਂ ਹੁਣ ਝਟਕਾਓ ਇਸ ਬੰਦੇ ਨੇ ਗਲਤ ਕੰਮ ਕੀਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ ਪਿਛਲੇ ਦਿਨੀ ਸਿੰਘੂ ਬਾਰਡਰ ਦੇ ਉੱਤੇ ਘਟਨਾ ਵਾਪਰੀ ਸੀ, ਜਿਸ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਲੱਖਾ ਸਿਧਾਣਾ ਵੱਲੋਂ, ਲੱਖਾ ਸਿਧਾਣਾ ਦੇ ਇਲਜ਼ਾਮ ਲੱਗੇ ਸੀ, ਲੱਖਾ ਸਿਧਾਣਾ ਦੇ ਉੱਤੇ ਤੰਜ ਕੱਸੇ ਗਏ ਸੀ। ਦੀਪ ਸਿੱਧੂ ਵੱਲੋਂ ਵੀ ਕਿਹਾ ਗਿਆ ਸੀ ਕਿ ਲੱਖਾ ਸਿਧਾਣਾ ਮਾਫ਼ੀ ਮੰਗੇ, ਤਾਂ ਉਹ ਗੱਲਬਾਤ ਕੀ ਹੋਈ ਸੀ ਕਿ ਉੱਥੇ ਨਿਹੰਗ ਸਿੰਘ, ਇੱਕ ਨਿਹੰਗ ਸਿੰਘ ਕਿਹਾ ਜਾ ਰਿਹਾ ਸੀ ਕਿ ਉੱਥੇ ਕੋਈ ਮੁਰਗਾ ਚੋਰੀ ਕਰਨ, ਕੋਈ ਭਈਏ ਨੂੰ ਕੁੱਟਣ ਦਾ ਕੋਈ ਅਜਿਹਾ ਜਿਹੜਾ ਗੱਲਬਾਤ ਚੱਲ ਰਹੀ ਸੀ, ਤਾਂ ਲੱਖਾ ਸਿਧਾਣਾ ਮੌਕੇ 'ਤੇ ਪਹੁੰਚੇ। ਲੱਖਾ ਸਿਧਾਣਾ ਉੱਪਰ ਇਹ ਆਰੋਪ ਲੱਗੇ ਕਿ ਲੱਖਾ ਸਿਧਾਣਾ ਨੇ ਉਸ ਨਿਹੰਗ ਦਾ ਬਾਣਾ ਉਤਾਰਿਆ, ਉਸਦੇ ਕਕਾਰ ਉਤਾਰਿਆ। ਪਰ ਅਸਲ ਸੱਚਾਈ ਕੀ ਹੈ, ਇਹ ਮੌਕੇ 'ਤੇ ਖੜ੍ਹੇ ਚਸ਼ਮਦੀਦ ਹੀ ਦੱਸ ਸਕਦੇ ਆ। ਸਾਡੇ ਨਾਲ ਵੀਰ ਜੀ ਨੇ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਬਾਈ, ਕੀ ਨਾਮ ਹੈ ਤੁਹਾਡਾ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਭਾਅ ਜੀ ਮੇਰਾ ਨਾਮ ਜੈ ਭਗਵਾਨ ਖੰਗੂੜਾ, ਮੈਂ ਡਿਸਟ੍ਰਿਕਟ ਕੈਥਲ ਹਰਿਆਣਾ। ਜੈ ਭਗਵਾਨ ਜੀ, ਸਭ ਤੋਂ ਪਹਿਲਾਂ ਦੱਸੋ ਵੀ ਉਸ ਦਿਨ ਤੁਸੀਂ ਮੌਕੇ 'ਤੇ ਮੌਜੂਦ ਸੀ, ਜਿਹੜੀ ਉਹਦੇ ਘਟਨਾ ਸਾਰੀ ਵਾਪਰੀ ਹੈ। ਭਾਅ ਜੀ ਮੈਂ ਉਸ ਦਿਨ ਮੌਕੇ 'ਤੇ ਸੀ, ਮੇਰੇ ਨਾਲ ਡਾਕਟਰ ਕਰਨਵੀਰ ਜੋ ਕਿ ਸਿੱਧਾਵਾ ਸਾਹਿਬ ਅੰਮ੍ਰਿਤਸਰ ਤੋਂ ਰਹਿਣ ਵਾਲੇ ਆ ਡਾਕਟਰ ਸਾਹਿਬ, ਅਸੀਂ ਦੋਨੋਂ ਸੀ। ਜਦੋਂ ਆਹ ਨਵੀਨ ਕੁਮਾਰ ਸੰਧੂ ਜਿਹੜਾ ਨਿਹੰਗ ਦਾ ਚੋਲਾ ਪਾਇਆ ਹੋਇਆ ਸੀ, ਆਹ ਸਾਨੂੰ ਪਹਿਲਾਂ ਜਿਹੜਾ ਆਪਣੀ ਸਟੇਜ ਹੈ ਸਿੰਘੂ ਬਾਰਡਰ 'ਤੇ ਸਟੇਜ ਲੱਗੀ ਹੈ ਸੰਯੁਕਤ ਕਿਸਾਨ ਮੋਰਚਾ ਕੀ, ਆਹ ਸਟੇਜ ਕੇ ਬਿਲਕੁਲ ਸਾਹਮਣੇ ਉਹ ਪੂਰਾ ਚਟਾਲਾ ਜੀ ਕਾ ਦਫ਼ਤਰ ਹੈਗਾ। ਠੀਕ ਹੈ ਜੀ। ਉਸ ਦਫ਼ਤਰ ਮੈਂ ਅਸੀਂ ਡਾਕਟਰ ਸਾਹਿਬ ਦਾ ਜਿਹੜਾ ਸਾਡੇ ਵੀਰ ਹੈ ਉਹਨਾਂ ਦਾ ਚੈੱਕਅਪ ਕਰਾਇਆ ਸੀ, BP ਚੈੱਕ ਕਰਾ ਰਹੇ ਅਤੇ BP ਮੈਂ ਆਪਣਾ ਕਰਿਆ, ਤਾਂ ਉੱਥੇ ਨਿਹੰਗ ਆਇਆ ਜਿਹੜਾ ਨਵੀਨ ਕੁਮਾਰ ਸੰਧੂ ਹੈ। ਅਸੀਂ ਪੁੱਛਿਆ ਬਾਬਾ ਜੀ ਮੈਂ ਤੁਸੀਂ ਬਹੁਤ ਗਲਤ ਕੀਤਾ, ਪਹਿਲੇ ਮੈਂ ਤੁਸੀਂ ਪਹਿਲੇ ਇੱਕ ਬੰਦੇ ਦੀ ਟੰਗ ਵਾੜਦੀ, ਉਸ ਕੇ ਬਾਅਦ ਬੰਦੇ ਨੂੰ ਤੁਸੀਂ ਮਾਰ ਦਿੰਦੇ ਹੋ ਅਤੇ ਤੁਸੀਂ ਅੰਦੋਲਨ ਨੂੰ ਬਦਨਾਮ ਕਰਦੇ ਪਏ ਹੋ, ਅਸੀਂ ਤੁਸੀਂ ਕੌਣ ਹੁੰਦੇ ਹੋ, ਅਸੀਂ ਤੁਹਾਨੂੰ ਝਟਕਾ ਦਿਆਂਗੇ। ਮੈਂ ਬਾਬਾ ਜੀ ਇਸ ਗਲਤ ਫਹਿਮੀ ਬਣਾ ਰਹੀ, ਮੰਨਦਿਆਂ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਉਸ ਬੰਦੇ ਨੇ ਜਿਹੜਾ, ਲੇਕਿਨ ਤੁਸੀਂ ਆਹ ਥੋੜ੍ਹੀ ਮਤਲਬ ਤੁਸੀਂ ਕਾਨੂੰਨ ਆਪਣੇ ਹੱਥ ਮੇ ਲਓਗੇ ਔਰ ਇਲਜ਼ਾਮ ਸੰਯੁਕਤ ਕਿਸਾਨ ਮੋਰਚੇ ਪਰ ਲਗਾ ਦੋਗੇ ਕਿ ਕਿਸਾਨਾਂ ਨੇ ਆਹ ਕਰਤਾ, ਬਦਨਾਮੀ ਤਾਂ ਕਿਸਾਨਾਂ ਕੀ ਕਰਾ ਦੀ ਤੁਸੀਂ, ਕੰਮ ਕਰਦੇ ਹੋ, ਤੁਸੀਂ ਸਰਕਾਰ ਨਾਲ ਮਿਲੇ ਹੋਏ ਹੋ। ਮੈਂ ਕਦੇ ਵੀ ਦੇਖ ਲਾ ਸੀ ਗੁਰੂ ਲਾਡਲੀ ਫੌਜ ਹੈ ਨਿਹੰਗਾ, ਅਸੀਂ ਇਹਨਾਂ ਦਾ ਸੰਸਕਾਰ ਕਰਦੇ ਹਾਂ, ਲੇਕਿਨ ਗਦਾਰ ਹਰ ਇੱਕ ਕੌਮ ਵਿੱਚ ਹੁੰਦਾ ਹੈ, ਗਦਾਰ ਸਾਡੀ ਕੌਮ ਵਿੱਚ ਜਾਂ ਬਾਹਰ ਵੀ ਹੁੰਦੇ ਆ, ਹਰ ਇੱਕ ਕੌਮ ਵਿੱਚ ਗਦਾਰ ਹੈ। ਗਦਾਰ ਕੋਈ ਅਮਰੀਕਾ ਬਾਹਰੋਂ ਤੋਂ ਆਉਂਦਾ ਨਹੀਂ ਮੈਂ ਭਾਜੀ। ਹਾਂਜੀ, ਉਹ ਜਦੋਂ ਗੁੱਸਾ ਹੋ ਗਏ ਲਾਲ ਪੀਲਾ ਹੋ ਭੱਜ ਗਿਆ, ਅਸੀਂ ਉਸਦਾ ਪਿੱਛਾ ਕੀਤਾ, ਜਦੋਂ ਅਸੀਂ ਦੇਖਿਆ ਜਾ ਕੇ ਉੱਥੇ ਆ ਕੇ ਉਹ ਇੱਕ ਬੰਦੇ ਨੂੰ ਕੁੱਟਦਾ ਪਿਆ, ਉਹਨੂੰ ਕਹਿੰਦਾ ਪਹਿਲਾਂ ਤੁਹਾਨੂੰ ਕਹਿੰਦਾ ਬਾਬਾ ਜੀ ਬਾਬਾ ਨੂੰ ਕਹਿੰਦਾ ਬਹਾਦਰ ਨੂੰ ਜਿਹੜਾ ਬਹਾਦਰ ਰੇਹੜੀ ਲਾ ਰਿਹਾ ਠੇਲਾ, ਉਸਕੋ ਕਹਿਤਾ ਕਿ ਮੇਰੇ ਕੋ ਮੁਰਗਾ ਚਾਹੀਦਾ ਬਾਬਾ ਜੀ ਕੋ। ਬਹਾਦਰ ਕਹਿੰਦਾ ਤੁਸੀਂ ਨਿਹੰਗ ਬਾਬੇ ਹੋ, ਅਸੀਂ ਤੁਹਾਨੂੰ ਮੁਰਗਾ ਨਹੀਂ ਦੇ ਸਕਦੇ। ਉਹਨੂੰ ਹੱਥ ਜੋੜ ਕਿਹਾ ਨਵੀਨ ਕੁਮਾਰ ਸੰਧੂ ਨੂੰ, ਬਹਾਦਰ ਸਿੰਘ ਕਹਿਤਾ ਕਿ ਮੈਂ ਮੁਰਗਾ ਨਹੀਂ ਦੇ ਸਕਦਾ ਮੇਰੀ ਅੱਖੋਂ ਕੇ ਸਾਹਮਣੇ। ਫਿਰ ਉਸਕੇ ਬਾਅਦ ਯਹੀ ਨਿਹੰਗ ਬਾਬਾ ਨਵੀਨ ਕੁਮਾਰ ਸੰਧੂ ਜੋ ਕਹਿੰਦਾ ਕਿ ਜੀ ਮੈਂ ਬਾਬੇ ਕੋ ਮੁਰਗਾ ਨਹੀਂ ਦੇ ਸਕਦੇ, ਤਾਂ ਆਪਾਂ ਕੰਮ ਕਰੋ ਬੀੜੀ ਦੇ ਦਿਓ। ਬਾਬਾ ਜੀ ਮੈਂ ਤੁਹਾਨੂੰ ਮੁਰਗਾ ਨਹੀਂ ਦੱਸਦਾ, ਮੈਂ ਮੁਰਗਾ ਗਿਣ ਕੇ ਲਿਆਤਾ ਹੂੰ, ਕਾਊਂਟ ਕੇ ਸਾਥ ਲਿਆ, ਤਾਂ ਪਰਚੀ ਦੇਖ ਲੀਜੀਏ। ਉਹਨੇ ਕਹਿੰਦਾ ਪਰਚੀ ਵੀ ਦਿਖਾਈ, ਉਸਨੇ ਕੁਛ ਨਹੀਂ ਬਾਬੇ ਨੂੰ ਮੋਣਾ ਕਹਿੰਦਾ ਜੀ ਫਿਰ ਮੈਂ ਦੇ ਦੂੰਗਾ ਪੈਸੇ ਦੇ ਦਿਓ, ਤੂੰ ਬਾਬੇ ਦੇ ਪੈਸੇ ਮੰਗਦਾ, ਇਹਦਾ ਹੋਕੇ ਹੋਕੇ ਬੋਲਿਆ ਤੇ ਉਹਨੂੰ ਪਿੱਟਣ ਲੱਗ ਗਿਆ। ਅਸੀਂ ਉਹਨੂੰ ਛੁਟਾਇਆ ਵੀ, ਬਕਾਇਦਾ ਉਹਨੂੰ ਹੋਸਪਿਟਲ ਮੈਂ ਆਟੋ ਮੈਂ ਛੱਡ ਕੇ ਆਏ ਸੀ। ਜਦੋਂ ਨਿਹੰਗ ਬਾਬਾ ਨਵੀਨ ਕੁਮਾਰ ਸੰਧੂ ਭੱਜਣ ਲੱਗ ਗਿਆ, ਮੇਰਾ ਡਾਕਟਰ ਨਵੀਨ ਜਿਹੜਾ ਦੋਸਤ ਸੀ ਉਹਨੂੰ ਉਸਨੇ ਫੜਿਆ
ਤੇ ਅਸੀਂ ਸਾਰੇ ਇਕੱਠੇ ਹੋ ਗਏ ਉੱਥੇ ਬਾਬੇ ਵੀ ਆ ਗਏ ਸਾਰੇ ਉੱਥੇ ਸਾਰੇ ਖੜੇ ਸੀ ਉੱਥੇ ਕਹਿੰਦੇ ਮੈਂ ਬਾਬਾ ਜੀ ਤੁਸੀਂ ਦੇਖੋ ਸਾਡੀ ਕੌਮ ਨੂੰ ਬਦਨਾਮ ਕਰਾਏ ਜਾਂਦੇ ਹੋ ਤੁਸੀਂ ਸਾਰੇ ਨਿਯਮ ਗਲਤ ਨਹੀਂ ਹੁੰਦੇ ਆਹ ਬੰਦਾ ਤੁਸੀਂ ਕਹਿੰਦੇ ਅਸੀਂ ਬੰਦੇ ਨੂੰ ਝਟਕਾ ਦਿੰਦੇ ਆ ਮੈਂ ਹੁਣ ਝਟਕਾਓ ਇਸ ਬੰਦੇ ਮੈਂ ਹੁਣ ਝਟਕਾਓ ਇਸ ਬੰਦੇ ਨੇ ਗਲਤ ਕੰਮ ਕੀਤਾ ਬੰਦੇ ਦੀ ਸਰੇਆਮ ਟਾਂਗ ਤੋੜੀ ਹੈ ਉਸ ਬੰਦੇ ਨੂੰ ਕੁੱਟਿਆ ਉਸ ਕਿਹਾ ਭਾਈ ਨੇ ਵੀ ਕੁੱਟਿਆ ਹਾਂਜੀ ਤੇ ਫਿਰ ਕਹਿੰਦਾ ਤੁਸੀਂ ਕੌਣ ਹੁੰਦੇ ਫਿਰ ਇਸਨੂੰ ਲੈ ਕੇ ਸਾਈਡ ਮੈਂ ਉਹਨੂੰ ਉਸਕਾ ਝੋਲਾ ਵੀ ਲਵਾਇਆ ਰਾਜਾ ਰਾਮ ਉੱਥੇ ਸੀ ਬਾਬਾ ਜਿਹੜਾ ਰਾਜਾ ਰਾਜ ਬਾਬਾ ਉਹ ਉੱਥੇ ਸੀ ਸਾਰਾ ਕੁਛ ਉਹਨਾਂ ਦੇ ਸਾਹਮਣੇ ਉਹਨੂੰ ਕੁੱਟਿਆ ਵੀ ਹੈ ਸਾਰਾ ਕੁਛ ਉਸ ਨੂੰ ਜਿਹੜੇ ਨਿਹੰਗ ਨੇ ਵੀਨ ਕੁਮਾਰ ਸੰਧੂ ਉਸ ਕੋਈ ਇਹਨਾਂ ਜਿਹੜੇ ਨਿਹੰਗ ਹੈ ਸਾਰੇ ਇੱਥੇ ਬੈਠੇ ਆ ਮਾਂ ਬਾਬਾ ਮਾਨ ਸਿੰਘ ਬਿਲਕੁਲ ਸਹੀ ਆਦਮੀ ਹੈ ਜਿਹੜੇ ਦੂਜੇ ਨਿਹੰਗ ਹੈ ਉਹਨਾਂ ਨੇ ਉਸਨੇ ਕੁੱਟਿਆ ਕੋਈ ਨੀ ਜਿਹੜਾ ਨਵੀਨ ਕੁਮਾਰ ਬਿਸ ਜਿੱਦਾਂ ਇੱਕ ਆਪੇ ਬੱਚੇ ਨੂੰ ਹੱਥ ਲਾਉਂਦੇ ਨੇ ਏਦਾਂ ਏਦਾਂ ਡੰਡਾ ਲਾ ਰਹੇ ਸੀ ਜਦੋਂ ਅਸੀਂ ਆ ਗਏ ਜਦੋਂ ਉਸਕੋ ਡੰਡਾ ਮਾਰਨ ਲੱਗੇ ਫਿਰ ਉਸ ਨਾਲੇ ਇਹਨਾਂ ਨੇ ਚੁਲਾ ਬਾਅਦ ਮੈਂ ਲੱਖਾ ਸਦਾਨਾ ਵੀਰ ਜੀ ਤੋਂ ਬਾਅਦ ਮੈਂ ਉਸਕਾ ਇਸਮੇ ਕੋਈ ਮੈਟਰ ਨਹੀਂ ਹੈ ਨੇ ਕਿਹਾ ਜਾਂਦਾ ਨਾ ਕਿ ਲੱਖਾ ਸਦਾਨਾ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਉੱਥੇ ਆ ਕੇ ਚੋਲਾ ਉਤਾਰਿਆ ਬੇਅਦਬੀ ਕੀਤੀ ਉਹਨਾਂ ਨੇ ਕੀ ਲੱਖਾ ਸਦਾਨਾ ਨੇ ਵਾਕਿਆ ਕੀਤੀ ਹੈ ਜਾਂ ਇਹ ਮਤਲਬ ਸਿਰਫ ਇੱਕ ਫਲਾਇਆ ਜਾ ਰਿਹਾ ਝੂਠ ਫਲਾਇਆ ਜਾ ਰਿਹਾ ਇਹ ਸਾਰਾ ਸਰ ਝੂਠ ਹੈ ਲੱਖਾ ਸਦਾਨਾ ਨੇ ਉੱਥੇ ਕੋਈ ਬੇਅਦਬੀ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਆ ਸਾਰਾ ਸਰ ਲੱਖਾ ਸਦਾਨਾ ਵੀਰ ਜੀ ਜਿਹੜਾ ਸਾਡੇ ਵੀਰ ਹੈ ਉਹ ਬਿਲਕੁਲ ਸਿਰਫ ਇਮਾਨਦਾਰ ਹੋਨੈਸਟੀ ਤੋਂ ਕੰਮ ਕਰਿਆ ਕਿਉਂਕਿ ਅੱਜ ਲੋਕਾਂ ਨੂੰ ਕੀ ਐਲਰਜੀ ਹੈ ਕਿ ਬੰਦਾ ਅੱਗੇ ਵੱਧ ਰਿਹਾ ਉਸ ਤੋਂ ਐਲਰਜੀ ਕਰਦੇ ਆ ਜਦੋਂ ਕੋਈ ਅੰਦਰ ਵਿੱਚ ਅੱਗੇ ਵੱਧਦਾ ਹੈ ਤਾਂ ਉਹਨੂੰ ਦੇਖ ਕੇ ਦੂਜੇ ਚੱਲਦੇ ਆ ਲੋਕੀ ਜਿੰਨੇ ਮਰਦੇ ਰਹੇ ਲੱਖਾ ਸਦਾਨਾ ਵੀਰ ਜੀ ਬਹੁਤ ਵਧੀਆ ਬੰਦੇ ਉਹ ਅੱਗੇ ਵੜੇਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਜਦ ਵਾਹਿਗੁਰੂ ਨਾਲ ਹੈਗਾ ਤਾਂ ਉਹਨੂੰ ਕੌਣ ਰੋਕ ਦੇਗਾ ਤੁਸੀਂ ਤੁਸੀਂ ਕੈਥਲ ਦੇ ਰਹਿਣ ਵਾਲੇ ਹੋ ਇੱਥੇ ਤੁਸੀਂ ਸਭ ਕੁਝ ਮੌਕੇ ਤੇ ਦੇਖਿਆ ਉੱਥੇ ਨਾ ਗੱਲ ਕਹਿ ਦਿੱਤੀ ਜਾਂਦੀ ਹੈ ਜਦੋਂ ਵੀ ਕੋਈ ਇਹੋ ਜਿਹੀ ਗੱਲ ਕਰਦਾ ਉਹਨੂੰ ਕਹਿੰਦੇ ਕਿ ਤਾਂ ਕਾਮਰੇਡ ਹੈ ਜੀ ਲੱਖੇ ਨੂੰ ਵੀ ਕਿਹਾ ਗਿਆ ਤੁਸੀਂ ਕਾਮਰੇਡ ਹੋ ਨਹੀਂ ਸਰ ਅਸੀਂ ਕਾਮਰੇਡ ਅਸੀਂ ਇੱਕ ਨੋਰਮਲ ਕਿਸਾਨ ਆ ਅਸੀਂ ਕਿਸਾਨ ਦੇ ਪੁੱਤ ਆ ਤੁਸੀਂ ਆ ਕੇ ਦੇਖੋ ਸਾਡੇ ਪੌਣੇ 4 ਕਿੱਲੇ ਪੈਲੀ ਹੈਗੀ ਆ ਤੇ ਅਸੀਂ ਬਾਈ ਵੀ ਕਰਦੇ ਆ ਆ ਥੋੜੀ ਆ ਤੁਸੀਂ ਕੋਈ ਕੰਮ ਨਹੀਂ ਇੱਕ ਗੱਲ ਦੱਸੋ ਆਈ ਮੁੰਡਾ ਜਿਹਦਾ ਨਵੀਨ ਕੁਮਾਰ ਸੰਧੂ ਅਰਸ਼ੀਣਾ ਗਾਉਂ ਦਾ ਰਹਿਣ ਵਾਲਾ ਹੈ ਇਹਨੇ ਅੱਜ ਸੇ 3-4 ਮਹੀਨੇ ਪਹਿਲਾਂ ਵਿਸਾਖੀ ਵਾਲੇ ਦਿਸਣਾ ਕਹਿ ਰਿਹਾ ਅੰਮ੍ਰਿਤ ਛਕਿਆ ਮੈਂ ਇੱਕ ਗੱਲ ਦੱਸਦਾ ਜਿਹੜਾ ਬੰਦੇ ਨੇ ਅੰਮ੍ਰਿਤ ਛਕ ਲਿਆ ਅੰਮ੍ਰਿਤਧਾਰੀ ਬੰਦਾ ਪਹਿਲੀ ਤੋਂ ਬਾਅਦ ਕਿਸੇ ਬੰਦੇ 'ਤੇ ਜ਼ੁਲਮ ਨਹੀਂ ਕਰਦਾ ਠੀਕ ਹੈ ਕਿਉਂਕਿ ਔਰ ਗੁਰੂ ਸਿੱਖਾਂ ਦੀ ਜਿਹੜੀ ਲਾਡਲੀ ਫੌਜ ਉਹ ਕਿਸੇ 'ਤੇ ਅੱਤਿਆਚਾਰ ਨਹੀਂ ਕਰਦੀ ਜਿੱਦਾਂ ਕੰਮ ਕਰ ਰਹੇ ਆ ਆਹ ਸਾਰਾ ਸਰ ਆਰਐਸਐਸ ਹੈਗੇ ਆ ਮੈਂ ਬਿਲਕੁਲ ਸਪਸ਼ਟੀਕਰਨ ਕਹਿੰਦਾ ਆਰਐਸਐਸ ਨਾਲ ਮਿਲੇ ਹੋਏ ਆ ਆਹ ਬੀਜੇਪੀ ਨਾਲ ਮਿਲੇ ਹੋਏ ਆ ਆਹ ਕਿਸਾਨ ਮੋਰਚਾ ਕੋ ਫੈਲ ਕਰਨਾ ਚਾਹੁੰਦੇ ਨੇ ਕਿ ਸੋਚ ਆਈ ਹੈ ਲੇਕਿਨ ਕਿਸਾਨ ਅੰਦੋਲਨ ਚੜ੍ਹਦੀ ਕਲਾ ਮੈਂ ਚੜ੍ਹਦੀ ਕਲਾ ਮਰੇਗਾ ਇਸ ਕੋ ਦੁਨੀਆ ਕੀ ਕੋਈ ਤਾਕਤ ਫੈਲ ਨਹੀਂ ਕਰ ਸਕਦੀ ਸਰਕਾਰ ਜਿਤਨਾ ਮਰਜ਼ੀ ਜ਼ੋਰ ਲਾ ਲੇ ਜਿਤਨਾ ਉੱਥੇ ਜਿਹੜੇ ਫਿਰ ਚੋਲਾ ਉਤਾਰਿਆ ਗਿਆ ਉਹ ਕਿਹਦੇ ਵੱਲੋਂ ਉਤਾਰਿਆ ਗਿਆ ਉੱਥੇ ਜਿਹੜਾ ਚਰਚਾ ਚੱਲੀ ਉਹ ਕਿਹਦੇ ਵੱਲੋਂ ਉਤਾਰਿਆ ਗਿਆ ਸੀ ਫਿਰ ਚੋਲਾ ਜਿਹੜਾ ਅਮਨ ਹੈਗਾ ਅਮਨ ਬਾਬਾ ਉਹਨਾਂ ਦੇ ਚੇਲਿਆਂ ਨੇ ਉਤਾਰਿਆ ਔਰ ਇਹ ਅਮਨ ਬਾਬਾ ਦਾ ਚੇਲਾ ਇਸਨੇ ਖੁਦ ਨਵੀਨ ਕੁਮਾਰ ਸੰਧੂ ਨੇ ਮੰਨਿਆ ਕਿ ਮੈਂ ਅਮਨ ਦਾ ਚੇਲਾ ਹੈਗਾ ਠੀਕ ਹੈ ਅਮਨ ਦਾ ਅਮਨ ਦੀਆਂ ਫੋਟੋ ਅਮਨ ਬਾਬਾ ਉਹੀ ਇਹਨਾਂ ਦੀਆਂ ਫੋਟੋਆਂ ਉਹਦੇ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਆਈਆਂ ਉਹੀ ਅਮਨ ਬਾਬਾ ਹੈ ਜਿਹੜਾ ਕ੍ਰਿਸ਼ੀ ਖੇਤੀ ਮੰਤਰੀ ਨਾਲ ਉਹਨਾਂ ਦੀ ਫੋਟੋ ਵਾਇਰਲ ਹੋਈ ਯਾਰ ਬਕਾਇਦਾ ਉਹ ਮਿਲਦਾ ਰਹਿੰਦਾ ਸੀ ਉਹਨਾਂ ਦੇ ਏਜੰਟ ਹੈਗਾ ਬੀਜੇਪੀ ਦਾ ਸਾਰਿਆਂ ਨੂੰ ਪਤਾ ਕੁੱਲ ਮਿਲਾ ਕੇ ਜੇ ਅਸੀਂ ਗੱਲ ਕੀਤੀ ਜਾਵੇ ਵੀ ਜਿਹੜਾ ਉੱਥੇ ਲੱਖਾ ਸਿਧਾਣਾ ਦਾ ਰੋਲ ਸੀ ਉਹ ਕੋਈ ਨੈਗੇਟਿਵ ਨਹੀਂ ਸੀ ਮਤਲਬ ਉਹ ਉੱਥੇ ਬੇਅਦਬੀ ਕਰਨ ਦਾ ਜਾਂ ਕੋਈ ਅਜਿਹਾ ਕੁਝ ਵਾਕਿਆ ਹੀ ਨਹੀਂ ਸੀਗਾ ਉੱਥੇ ਤੁਸੀਂ ਦੇਖਿਆ ਨਹੀਂ ਕੋਈ ਬੇਅਦਬੀ ਕਰਨ ਦਾ ਕੋਈ ਮੈਟਰ ਨਹੀਂ ਸੀ ਦੇਖੋ ਹੁਣ ਮੰਨਦੇ ਜੇ ਮੈਂ ਨੇ ਕੋਈ ਗਲਤ ਕੰਮ ਦਾ ਘਰ ਵਿੱਚ 5 ਜੀ ਹੁੰਦੇ ਆ ਜੇ ਮੁੰਡਾ ਕੋਈ ਗਲਤ ਕੰਮ ਕਰਦਾ ਹੈ ਉਹਨੂੰ ਆਪੇ ਦਬਕਾ ਦਿੰਦੇ ਆ ਪੀੜ ਦਿੰਦੇ ਚਲੋ ਉਸਕੀ ਤੁਸੀਂ ਢੰਗ ਤੋੜ ਦਿੰਦੇ ਉਹਨੂੰ ਜਾਨ ਤੋਂ ਮਾਰਨਾ ਸਾਰਾ ਸਰ ਗਲਤ ਹੈ ਕਿਉਂਕਿ ਇਸ ਦਾ ਮਤਲਬ ਰਾਜ ਜਾਣਦਾ ਸੀ ਉਹ ਗਲਤ ਸੀ ਹਾਂਜੀ ਤਾਂ ਇਹਨੂੰ ਜਾਨ ਤੋਂ ਮਾਰਿਆ ਇਹਨਾਂ ਨੇ ਜਾਨ ਤੋਂ ਮਾਰਿਆ ਸਾਨੂੰ ਵੀ ਕਹਿੰਦਾ ਆਈ ਨਵੀਨ ਕੁਮਾਰ ਸੰਧੂ ਕਿ ਅਸੀਂ ਤੈਨੂੰ ਦੇਖ ਲਿਆਂਗੇ ਮਾਂ ਤੂੰ ਕਹਿੰਦਾ ਅਸੀਂ ਤੈਨੂੰ ਚਟਕਾ ਦੇ ਮੈਂ ਤੇਰੀ ਹਿੰਮਤ ਨਹੀਂ ਹੈਗੀ ਚਟਕਾ ਦੇਗਾ ਤੇਰਾ ਵਰਗੇ ਪਤਾ ਨਹੀਂ ਕਿੰਨੇ ਆਉਂਦੇ ਆ ਤੁਹਾਨੂੰ ਵੀ ਧਮਕੀ ਦਿੱਤੀ ਗਈ ਹੈ ਹਾਂ ਸਾਨੂੰ ਵੀ ਧਮਕੀ ਦਿੰਦਾ ਸੀ ਉਹ ਅਸੀਂ ਤੈਨੂੰ ਵੀ ਚਟਕਾ ਦੇਵਾਂਗੇ ਸਾਨੂੰ ਕੋਈ ਨੂੰ ਮਾਂ ਤੇਰੀ ਇੰਨੀ ਔਕਾਤ ਨਹੀਂ ਹੈ ਤੂੰ ਸਾਨੂੰ ਚਟਕਾ ਠੀਕ ਹੈ ਕਹੇਗਾ ਹਾਂ ਵੀ ਤੁਹਾਨੂੰ ਵੀ ਇਹ ਕਹਿ ਗਿਆ ਕਿ ਚਟਕਾ ਦੇਵਾਂਗੇ ਮਤਲਬ ਅਸੀਂ ਸਾਨੂੰ ਵੀ ਕਹਿੰਦਾ ਸੀ ਉਹ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਜਿਵੇਂ ਉੱਥੇ ਜਿਹੜਾ ਕੁਛ ਤੁਸੀਂ ਅੱਖੀ ਦੇਖਿਆ ਉੱਥੇ ਲੱਗਦਾ ਵੀ ਜਿਹੜਾ ਸੰਯੁਕਤ ਮੋਰਚੇ ਦੇ ਕਿਸਾਨ ਆਗੂਆਂ ਤੇ ਇਲਜ਼ਾਮ ਲਗਾ ਦਿੱਤਾ ਜਾਂਦਾ ਕਿ ਕਾਮਰੇਡ ਆ ਜਾਣ ਕੇ ਇਹ ਬਦਨਾਮ ਕਰ ਰਹੇ ਆ ਸਿੱਖਾਂ ਨੂੰ ਇਹ ਅਜਿਹੀ ਕੋਈ ਗੱਲ ਹੈ ਉੱਥੇ ਇਹ ਸਾਰਾ ਕੁਛ ਸਾਰਾ ਸਰ ਜੋ ਗਲਤ ਇਲਜ਼ਾਮ ਲਾ ਰਹੇ ਇਸ ਮੈਂ ਕੋਈ ਬਈ ਕਾਮਰੇਡ ਹੈ ਫਲਾਣੇ ਹੈ ਇਹ ਸਾਰਾ ਝੂਠੇ ਆਰੋਪ ਲਗਾ ਰਹੇ ਕਿਉਂਕਿ ਆਪਣੇ ਬਚਾਓ ਹੁਣ ਦੇਖੋ ਉਹ ਅਮਨ ਬਾਬਾ ਨੇ ਕੀ ਆਰੋਪ ਲਾਤਾ ਕਿ ਜਦੋਂ ਉਹਨਾਂ ਨੂੰ ਪੁਲਿਸ ਫੜਨ ਆਉਂਦੀ ਹੈ ਅਮਨ ਬਾਬਾ ਕੀ ਕਹਿੰਦਾ ਕਿ ਅਸੀਂ ਪਹਿਲਾਂ ਤੁਸੀਂ ਸਾਨੂੰ ਲਿਖ ਕੇ ਦਿਓ ਕਿ ਇਸਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਤੈਨੂੰ ਇਹਨੂੰ ਫਾਂਸੀ ਤੋੜਨ ਦਾ ਕਾਨੂੰਨ ਬਣਾਓ ਉਹ ਆਪਣਾ ਬਚਾਅ ਕਰਨ ਲਈ ਬਾਤ ਉਡਾ ਦੀ ਕਿਉਂਕਿ ਸਰਕਾਰ ਨਾਲ ਏਜੰਟ ਹੈ ਸਰਕਾਰ ਦਾ ਏਜੰਟ ਹੈ ਸਰਕਾਰ ਨੇ ਉਸ ਤੇ ਗੱਲ ਕਰੀ ਤੂੰ ਆ ਗੱਲ ਕਿਉਂ ਸਰਕਾਰ ਇਹ ਗੱਲ ਕਰਨੀ ਨਹੀਂ ਉਹ ਜਾਣ ਕੇ ਦੂਜਾ ਤਰੀਕਾ ਅਪਣਾ ਰਿਹਾ ਆਪਣੇ ਆਪ ਨੂੰ ਬਚਾਉਣ ਦੇ ਮਾਰਿਆ ਕੰਮ ਤਾਂ ਅਮਨ ਬਾਬੇ ਨੇ ਕੀਤਾ ਬੁੱਧ ਚਾਰ ਜਿਹੜੇ ਦੂਜੇ ਨਿਯੰਗ ਵਿੱਚ ਚਲੇ ਗਏ ਠੀਕ ਹੈ ਸਾਰਾ
जो अमन बाबा है गया तो इन्हों की सारी टीम रली पई है तो संयुक्त किसान मोर्चा इसमें कोई लेना देना नहीं आज सिर्फ बेदर्दी का मामला हूँ तुम देखो बादल होरे परिवार ने बेदर्दी कांड हुआ उत्थे की आनंदपुर साहब बेदबी होती इन्होंने उन्होंने क्यों झटकाया इन्हें अपने आप को कहते असी गुरु लाडली की फौज की मानत वह करते हैं नियंग जिहड़े हैगे आ गुरु लाडली फौज है गुरु गोबिंद सिंह की लेकिन आ थोड़ी तुसी इन्ना दम रख दो तो बादल होरे परिवार ने झटकाओ दूजे ने झटकाओ तां पता लगू एक गरीब आदमी तुसी झटकाता उत्थे पैर भी नहीं डंग सकदे गल्लां बढ़िया करा लो जिन्ना मर्जी इन्हां कोले जिन्ना मर्जी तां कुल मिला के जिहड़ा तुहाडे कहण दा मतलब है कि मोर्चे नूं बदनाम करन दी कोशिश है बिल्कुल जी मोर्चे नूं बदनाम कोशिश दी नहीं सारी साजी चल रही है क्योंकि एज प्रेजेंट है वहां पर किसान हैगा जो 2% हैगा हरियाणा दा और 10% हैगा पंजाब दा किसान और दूजी स्टेट के जो हैगे 1% हैगा जो नियंग हैगे उत्थे हैगे 15% ठीक है हाँ और जे बीच जेडे नियंग अमन दे जेडे चेले पए हैं और जेडे जेडे कृषि तमर नाल मंत्री नाल मिलिया पया आरएस नाल मिलिया पया है बंदा और सारे मिलकर ही किसान नूं बदनाम करना चाह रहे हैं ठीक है कुल मिला के तुहाडी गल इह बदनाम करन दी गल है हाँ जी हाँ जी ठीक है मेहरबानी जी तुहाडा बहुत बहुत धन्यवाद समा देने लई खालसा वाहे जी फतेह वाहेगुरू जी की फतेह तां गलबात कीती वीर मौके दा गवाह कैसल दा रहण वाला है तां मौके ते सब कुछ देखिया तां उन्होंने दस्सिया है कि हां की कहना चाहुंदे सी हाँ भाजी एक गल होर देखो हूँ जो अनिल कुमार लुधियाने वाला रोड़ा बाबा गुरु गुरु नानक देव की बेइज्जती की जो अनिल रोड़ा लुधियाने वाला हाँ जी उन्होंने भी वीडियो पा लिये उन्होंने गल सारा समय गलत किया हूँ एक निहंग लुधियाना जगराहों से रोड कल्या जो बंद जाम बिल्कुल सही किया हूँ किसी चीज़ की बेइज्जती करोगे आप सारा सर गलत है मेहमान तो गलत किया उस बंदे ने उन्हें सजा होनी चाहिए पुलिस ने अब 5 घंटे का टाइम दिता है अगर पुलिस उसको नहीं पकड़ेगी तो अभी भी इतने भी हरियाणा में धरना प्रदर्शन करा इतने जाम करा क्योंकि गुरु ग्रंथ करना सरासर गलत है किसी भी धर्म की दूसरी बात भाई साहब मैं आपको एक और बताना चाहता हूँ गुरु ग्रंथ साहिब को आप गुरुद्वारे में रखते हैं अब जो ये दूसरे बंद कह रहे हैं अब गुरु ग्रंथ साहिब को आप संयुक्त किसान मोर्चे में ले जाने क्या देते भाई साहब मानते हम भी हैं वहां ले जाने धार्मिक चीज को वहां ले जाने की जरूरत ही नहीं है यार ठीक है तुम्हारे कहने का मतलब श्री गुरु ग्रंथ साहिब को उसे नहीं चाहिए हाँ नहीं चाहिए सरासर आप बदनामी तो अपने आप करवाना चाह रहे हैं ठीक है तो सरासर गलत कर रहे हैं उसे बाकी साथी से घटना कर दिती गई सी लखा सदाना ने ना किसी का कोई नुकसान किया जिहड़ा नवीन संधू जी का नाम आया वह भी कहना वालों मौके से देखा गया कि तंग कर रहा है एक गरीब न तंग कर रहा है कुट रहा है लत तक तोड़ दिती सी सब कुछ मौके के गवाह वालों दसया गया बाकी होर खबरों के लिए जुड़े रहो लोक वाई टीवी के नाल।